ਨਮਸਕਾਰ, ਸਤਿ ਸ਼੍ਰੀ ਅਕਾਲ ਆਦਾਬ, ਸੈਲੀਬ੍ਰਿਟੀ ਬੋਲਦੇ ਵਿੱਚ ਤੁਹਾਡਾ ਹਾਰਦਿਕ ਸਵਾਗਤ ਹੈ। ਦੋਸਤੋ, ਮੈਂ ਹਾਂ ਤੁਹਾਡਾ ਆਪਣਾ ਘੈਂਟ ਭਾਅ ਜੀ, ਅਤੇ ਆਪਾਂ ਅੱਜ ਗੱਲਾਂ ਬਾਤਾਂ ਕਰਾਂਗੇ। ਕੈਨੇਡਾ ਤੋਂ ਇੱਕ ਸਿੰਗਰ ਆਏ, ਆਪਾਂ ਉਹਨਾਂ ਦੇ ਨਾਲ ਪੂਰਾ ਜਾਣਾਂਗੇ। ਸਤਿ ਸ਼੍ਰੀ ਅਕਾਲ ਮੈਮ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਤੁਹਾਨੂੰ ਵੀ ਅਤੇ ਪੂਰੇ ਲੁਧਿਆਣਾ ਨੂੰ। ਅਗਰ ਗੱਲ ਕੀਤੀ ਜਾਵੇ ਤੁਹਾਡੀ ਸਿੰਗਿੰਗ ਦੇ ਸਫ਼ਰ ਦੀ, ਜਰਨੀ ਦੀ, ਤਾਂ ਕਿੱਦਾਂ ਦੀ? ਦੇਖੋ, ਜਰਨੀ ਉਸੇ ਤਰ੍ਹਾਂ ਦੀ ਹੁੰਦੀ ਹੈ ਜਿਸ ਤਰ੍ਹਾਂ ਅਸੀਂ ਉਹਨੂੰ ਸਮਝੀਏ ਵੀ ਹੈਗੀ ਹੈ। ਸੋ ਆਈ ਐਮ ਅ ਪਰਸਨ, ਆਈ ਟੇਕ ਥਿੰਗਸ ਵੈਰੀ ਪੋਜ਼ਿਟਿਵਲੀ, ਐਂਡ ਆਈ ਇਨਕਰੇਜ ਪੀਪਲ ਆਲਸੋ ਕਿ ਤੁਸੀਂ ਖੁਸ਼ ਰਹੋ, ਅਤੇ ਜਿੰਨਾ ਕੁ ਆਪ ਖੁਸ਼ ਰਹੋਗੇ, ਸਮਾਈਲ ਕਰੋਗੇ, ਅਤੇ ਆਸ ਪਾਸ ਵੀ ਲੋਕ ਤੁਹਾਡੇ ਸਮਾਈਲ ਕਰਨਗੇ। ਮੈਮ, ਜਰਨੀ ਜਿਹੜੀ ਹੈ ਉਹ ਤਾਂ ਥੋੜ੍ਹਾ ਬਹੁਤ ਉਤਾਰ ਚੜਾਵ, ਮੁਸ਼ਕਿਲਾਂ, ਸਾਰੀਆਂ ਚੀਜ਼ਾਂ ਇੱਕ ਕੋਂਬੀਨੇਸ਼ਨ ਹੁੰਦਾ ਲਾਈਫ 'ਚ, ਹੋਣਾ ਹੀ ਹੈ। ਸੋ ਸਾਨੂੰ ਵੀ ਮੁਸ਼ਕਿਲਾਂ ਆਈਆਂ, ਹੌਲੇ ਹੌਲੇ ਕਰਦੇ ਕਰਦੇ ਅੱਗੇ ਵਧੀਦਾ, ਬਸ ਇਹੀ ਅਪਰੋਚ ਹੋਣੀ ਚਾਹੀਦੀ ਹੈ। ਮੈਮ, ਪੰਜਾਬ ਤੋਂ ਇੰਨੀ ਦੂਰ ਜਾ ਕੇ ਕੈਨੇਡਾ ਦੇ ਵਿੱਚ ਗਾਣਾ ਸ਼ੁਰੂ ਕਰ ਦਿੱਤਾ, ਕਿੱਥੋਂ ਆਇਆ ਮਨ ਦੇ ਵਿੱਚ, ਕਿੱਥੋਂ ਆਇਆ ਆਈਡੀਆ? ਆਈਡੀਆ ਬਿਲਕੁਲ ਨਹੀਂ ਆਇਆ ਮੈਨੂੰ। ਇਟਸ ਅ ਗੋਡ ਗਿਫਟ ਸਭ ਤੋਂ ਪਹਿਲੇ, ਐਂਡ ਮੇਰੀ ਫੈਮਿਲੀ 'ਚ ਵੀ ਆਈ ਥਿੰਕ ਇਟਸ ਆਲਸੋ ਇਨ ਦਾ ਬਲੱਡ। ਸੋ ਇੱਕ ਉਹ ਮੈਨੂੰ ਕਹਿੰਦੇ ਨਾ ਰੱਬ ਦੀ ਦਾਤ ਮਿਲੀ, ਐਂਡ ਮੈਂ ਕਦੀ ਸੋਚਿਆ ਨਹੀਂ ਸੀ। ਆਮ ਬਾਈ ਕੁਆਲੀਫਿਕੇਸ਼ਨ ਆਮ ਅ ਡੈਂਟਲ ਸਰਜਨ, ਔਰ ਇੱਥੇ ਮੇਰੀ ਪ੍ਰੈਕਟਿਸ ਸੀਗੀ ਜਦੋਂ ਮੈਂ ਗਈ ਸੀ ਇੱਥੋਂ ਇੰਡੀਆ ਤੋਂ, ਐਂਡ ਕਦੀ ਸੋਚਿਆ ਨਹੀਂ ਸੀ ਕਿ ਆਮ ਗੋਇੰਗ ਟੂ ਡੂ ਇਟ ਸੋ ਪ੍ਰੋਫੈਸ਼ਨਲੀ। ਹਾਲਾਂਕਿ ਮੈਂ ਬਚਪਨ ਤੋਂ ਹੀ ਇਹ ਕਰਦੀ ਆਈ ਪਰਫੋਰਮੈਂਸਿਸ ਐਂਡ ਐਵਰੀਥਿੰਗ। ਸੋ ਮਿਊਜ਼ਿਕ ਨਾਲ ਪਿਆਰ ਤਾਂ ਬਹੁਤ ਸੀਗਾ, ਪਰ ਹੁਣ ਬਹੁਤ ਗੂੜਾ ਹੋ ਗਿਆ ਪਿਆਰ, ਬਿਕੋਜ਼ ਆਈ ਥਿੰਕ ਇਟਸ ਫੂਡ ਫੋਰ ਮਾਈ ਸੋਲ। ਐਂਡ ਇੱਕ ਕਦੀ ਉਹੀ ਜਿਵੇਂ ਤੁਸੀਂ ਪੁੱਛਿਆ ਕਿ ਲਾਈਫ 'ਚ ਜਿਸ ਤਰ੍ਹਾਂ ਵੀ ਚੇਂਜਿਸ ਆਉਂਦੇ ਹੈ ਜਾਂ ਕੁਛ ਇਸ ਤਰ੍ਹਾਂ ਦੀਆਂ, ਅਸੀਂ ਆਪ ਵੀ ਕਈ ਵਾਰੀ ਅਡੈਪਟ ਕਰੀਦਾ, ਉਸੇ ਤਰ੍ਹਾਂ ਕੁਛ ਨਾ ਮੌਕਾ ਬਣ ਜਾਂਦਾ। ਸੋ ਆਈ ਥਿੰਕ ਐਵਰੀਥਿੰਗ ਵਾਜ ਵੈਰੀ ਅਨਪਲੈਨਡ, ਬਟ ਆਈ ਐਮ ਸੋ ਗ੍ਰੇਟਫੁਲ। ਕਈ ਅਨਪਲੈਨਡ ਜਿਹੜੀਆਂ ਚੀਜ਼ਾਂ ਆਉਂਦੀਆਂ ਹੋਰ ਵਧੀਆ ਹੋ ਜਾਂਦੀਆਂ, ਸੋ ਆਈ ਐਮ ਬਲੈਸਡ ਦੈਟ ਵੇ। ਗੱਲ ਕੀਤੀ ਜਾਵੇ ਤੁਹਾਡੇ ਉਸਤਾਦ ਦੀ, ਤਾਂ ਤੁਹਾਡੇ ਉਸਤਾਦ ਕੌਣ ਹੈ ਸਿੰਗਿੰਗ ਦੇ ਵਿੱਚ? ਸਭ ਤੋਂ ਪਹਿਲੇ ਜਿਵੇਂ ਮੈਂ ਕਿਹਾ ਕਿ ਮਿਊਜ਼ਿਕ ਆਈ ਸਟਾਰਟਿਡ ਲਰਨਿੰਗ ਮੇਰੀ ਫੈਮਿਲੀ 'ਚ ਹੋਈ। ਮੇਰੇ ਜਿਹੜੇ ਗ੍ਰੈਂਡ ਮਦਰ ਹੈ ਉਹ ਬਹੁਤ ਸੋਹਣਾ ਵਧੀਆ ਗਾਉਂਦੇ ਸੀਗੇ, ਐਂਡ ਟਿਲ ਡੇਟ ਮੈਨੂੰ ਹਾਲੇ ਵੀ ਉਹੀ ਉਹਨਾਂ ਦੀ ਗਾਈਡੈਂਸ ਪੂਰੀ ਹੈ। ਬਾਕੀ ਧਰਮਿੰਦਰ ਕਥਕ ਜੀ ਹੈਗੇ ਆ, ਉਹਨਾਂ ਨਾਲ ਮੇਰੀ ਬਹੁਤ ਜ਼ਿਆਦਾ ਇੱਕ ਪਿਆਰ ਵੀ ਹੈ, ਬਹੁਤ ਹੀ ਇੱਕ ਰਿਸ਼ਤਾ ਜਿਵੇਂ ਗੁਰੂ ਦਾ ਹੁੰਦਾ ਹੈ ਮੇਰੇ ਕਿਸੇ ਵੀ ਸ਼ਿਸ਼ਯ ਨਾਲ। ਉਸੇ ਤਰ੍ਹਾਂ ਮੈਂ ਜਦੋਂ ਵੀ ਆਉਂਦੀ ਹਾਂ ਉਹਨਾਂ ਨਾਲ ਇਨ ਟੱਚ ਹੁੰਦੀ ਹਾਂ, ਔਰ ਮੇਰੀ ਜਦੋਂ 2-3 ਸਾਲ ਪਹਿਲੇ ਮੈਂ ਆਈ ਸੀਗੀ ਇੱਥੇ, ਅਤੇ ਮੈਂ ਉਹਨਾਂ ਨਾਲ ਕੰਮ ਕੀਤਾ, ਕੁਛ ਮੇਰੇ ਆਈਡੀਆਜ਼ ਸੀਗੇ, ਅਤੇ ਮੇਰੀ ਇੱਕ ਐਲਬਮ ਵੀ ਰਿਲੀਜ਼ ਹੋਈ ਜਿਹੜੀ ਕਿ ਧਰਮਿੰਦਰ ਸਰ ਨੇ ਪੂਰੀ ਕੀਤੀ, ਉਹਨੂੰ ਕੰਪਾਈਲ ਕੀਤਾ ਮੇਰੇ ਆਈਡੀਆਜ਼, ਔਰ ਮਿਕਸ ਕਰਕੇ ਅਸੀਂ ਕੁਛ ਬਣਾਇਆ। ਸੋ ਦੈਟ ਇਜ਼ ਕਾਲਡ ਸ਼ੇਡਸ ਆਫ ਲਵ। ਸੋ ਗੁਰੂ ਤਾਂ ਮੈਂ ਕਹਿੰਦੀ ਹਾਂ, ਤੁਸੀਂ ਵੀ ਸ਼ਾਇਦ ਗੁਰੂ ਹੀ ਹੋ, ਹਰ ਕਿਸੇ ਬੰਦੇ ਕੋਲੋਂ ਅਸੀਂ ਸਿੱਖਦੇ ਹਾਂ, ਬਟ ਮਿਊਜ਼ਿਕ 'ਚ ਮੈਨੂੰ ਇਹਨਾਂ ਦਾ ਬਹੁਤ ਰਿਗਾਰਡ ਹੈ, ਆਪਣੇ ਗ੍ਰੈਂਡ ਮਦਰ ਦਾ ਵੀ ਔਰ ਧਰਮਿੰਦਰ ਕਥਕ ਜੀ ਦਾ ਵੀ। ਤੁਸੀਂ ਪਹਿਲੀ ਐਲਬਮ ਕੱਢੀ ਤਾਂ ਕਿੱਦਾਂ ਦਾ ਰਿਸਪੋਂਸ ਸੀ, ਜਾਂ ਫਸਟ ਟਾਈਮ ਜਿਹੜਾ ਹੈਗਾ ਤੁਸੀਂ ਐਲਬਮ ਕੱਢੀ, ਸੈਲੀਬ੍ਰਿਟੀ ਬਣ ਗਏ? ਦੈਨ ਸੈਲੀਬ੍ਰਿਟੀ ਮੈਂ ਬਣੀ ਨਹੀਂ ਹਾਂ, ਤੁਸੀਂ ਬਣਾ ਦੋਗੇ ਤਾਂ ਬਹੁਤ ਅੱਛਾ ਰਹੇਗਾ। ਮੈਂ ਜਿਵੇਂ ਕਿਹਾ, ਮੇਰੀ ਅਪਰੋਚ ਬਹੁਤ ਸਿੰਪਲ ਹੈ, ਅਤੇ ਆਪਣਾ ਬੈਸਟ ਦੇਣਾ ਚਾਹੀਦਾ ਹਰ ਸਿਚੁਏਸ਼ਨ 'ਚ। ਬਸ ਮੈਨੂੰ ਇਹੀ ਹੁੰਦਾ, ਭਾਵੇਂ ਈਵੈਂਟ ਛੋਟਾ ਹੈ ਵੱਡਾ ਹੈ, ਆਪਣਾ ਬੈਸਟ ਪਰਫੋਰਮੈਂਸ ਕਰੋ। ਐਂਡ ਹਰ ਵਾਰੀ ਅਸੀਂ ਨਾ ਸਿੱਖਦੇ ਆਪ ਵੀ ਹਾਂ, ਆਪਣੀ ਪਰਫੋਰਮੈਂਸ ਤੋਂ ਵੀ ਅਸੀਂ ਕੁਛ ਸਿੱਖਦੇ ਹਾਂ। ਸੋ ਸਮਟਾਈਮਸ ਜਿਹੜੇ ਲੋਕ ਹੈ, ਆਡੀਅੰਸ ਹੈ, ਗੱਲਾਂ ਬਾਤਾਂ ਕਰਕੇ ਵੀ ਸਾਨੂੰ ਪਤਾ ਚੱਲਦਾ ਹੈ, ਫੀਡਬੈਕ ਮਿਲਦੀ ਹੈ। ਇਸੇ ਤਰ੍ਹਾਂ ਹੀ ਮੈਂ ਹੋਰ ਤੁਹਾਨੂੰ ਕੀ ਦੱਸਾਂ, ਗੱਲਾਂ ਤਾਂ ਛੋਟੀਆਂ ਵੱਡੀਆਂ ਬਹੁਤ ਹੁੰਦੀਆਂ ਲਾਈਫ 'ਚ, ਬਟ ਆਲ ਦੈਟ ਮੈਟਰਸ ਇਜ਼ ਕਿ ਤੁਸੀਂ ਕਿਸ ਤਰ੍ਹਾਂ ਆਪਣੇ ਆਪ ਨੂੰ ਪ੍ਰਜੈਂਟ ਕਰ ਰਹੇ ਹੋ, ਔਰ ਕਿਸ ਤਰ੍ਹਾਂ ਲਾਈਫ ਨੂੰ ਤੁਸੀਂ ਐਕਸੈਪਟ ਕਰ ਰਹੇ ਹੋ। ਸੋ ਆਈਵ ਜਸਟ ਐਕਸੈਪਟਿਡ ਇਟ ਟੋਟਲੀ। ਐਂਡ ਇੱਕ ਹੋਰ ਵੀ ਐਸਪੈਕਟ ਹੈ ਇਹਦਾ ਜਿਹੜਾ ਕਿ ਮੈਂ ਕਹਿੰਦੀ ਹਾਂ, ਮਿਊਜ਼ਿਕ ਇਜ਼ ਆਲਸੋ ਥੈਰੇਪੀ। ਸੋ ਜੇ ਕਿਸੇ ਨੂੰ ਕੋਈ ਜਿਹੜਾ ਵੀ ਕੋਈ ਪ੍ਰੋਬਲਮਸ ਹੁੰਦੀਆਂ ਵੀ ਹੈ ਨਾ, ਜਦੋਂ ਤੁਸੀਂ ਇਸ ਜਿਹੇ ਮਾਹੌਲ 'ਚ ਆ ਜਾਂਦੇ ਹੋ ਗੀਤਾਂ ਦੇ, ਅਤੇ ਉਹ ਸਾਰਾ ਕੁਛ ਭੁੱਲ ਵੀ ਜਾਂਦਾ ਹੈ। ਸੋ ਆਈ ਥਿੰਕ ਉਹ ਇੱਕ ਬੜੀ ਮੋਟੀਵੇਸ਼ਨ ਸੀਗੀ ਮੇਰੇ ਵਾਸਤੇ, ਆਪਣੇ ਵਾਸਤੇ ਵੀ ਪਰਸਨਲੀ। ਸੋ ਬਹੁਤ ਮੈਨੂੰ ਵਧੀਆ ਲੱਗ ਰਿਹਾ, ਇਟਸ ਆਲ ਗੋਇੰਗ ਗੁੱਡ। ਸੈਲੀਬ੍ਰਿਟੀ ਹੌਲੇ ਹੌਲੇ ਬਣ ਹੀ ਜਾਵਾਂਗੇ। ਬੈਸਟ ਵਿਸ਼ਿਜ਼। ਮੈਮ, ਅਗਰ ਗੱਲ ਕੀਤੀ ਜਾਵੇ ਮੁਸ਼ਕਿਲਾਂ ਦੀ, ਤਾਂ ਕਿੰਨੀਆਂ ਕੁ ਮੁਸ਼ਕਿਲਾਂ ਆਈਆਂ ਇਸ ਸਫ਼ਰ ਦੇ ਦੌਰਾਨ ਟੋਟਲ? ਮੁਸ਼ਕਿਲਾਂ ਸਿਰਫ ਐਸੀ ਸਫ਼ਰ 'ਚ ਨਹੀਂ, ਜਿਵੇਂ ਕਿ ਮੈਂ ਕਿਹਾ, ਜ਼ਿੰਦਗੀ 'ਚ ਸਾਰਿਆਂ ਨੂੰ ਹੀ ਕੋਈ ਨਾ ਕੋਈ ਮੁਸ਼ਕਿਲਾਂ ਆਉਂਦੀਆਂ ਹੈ, ਪਰ ਮੁਸ਼ਕਿਲ ਅਸੀਂ ਕਹਿੰਦੇ ਕਿਉਂ ਆ, ਇਟਸ ਪਾਰਟ ਆਫ ਲਾਈਫ। ਸੋ ਮੁਸ਼ਕਿਲ ਤਾਂ ਹੈ ਜੇ ਮੈਂ ਉੱਥੇ ਰੁਕ ਜਾਵਾਂ, ਮੈਂ ਕਦੀ ਰੁਕੀ ਨਹੀਂ, ਇਹ ਮੇਰੀ ਪ੍ਰੋਬਲਮ ਸੀਗੀ, ਜੇ ਲਾਈਫ ਦੀ ਪ੍ਰੋਬਲਮ ਸੀਗੀ ਤਾਂ ਮੇਰੀ ਵੀ ਪ੍ਰੋਬਲਮ ਸੀਗੀ, ਮੈਂ ਰੁਕਣਾ ਨਹੀਂ ਹੈ। ਠੀਕ ਹੈ, ਥੋੜ੍ਹੀ ਡਾਈਵਰਜਨ ਆਉਂਦੀ, ਜਿਵੇਂ ਕਹਿੰਦੇ ਨਾ ਰਸਤੇ 'ਚ ਜਾ ਰਹੇ ਹੋ, ਸਪੀਡ ਬ੍ਰੇਕਰ ਆਉਂਦੇ ਆ,
ਤੇ ਉਸੇ ਤਰ੍ਹਾਂ ਕੁਝ ਆਏ ਸਪੀਡ ਬ੍ਰੇਕਰ ਪ੍ਰੋਬਲਮਸ ਆਈਆਂ ਬਟ ਅੱਗੇ ਵਧੇ ਕਈ ਵਾਰੀ ਡਾਈਵਰਜਨਸ ਵੀ ਆ ਜਾਂਦੀਆਂ ਤੇ ਫਿਰ ਥੋੜਾ ਜਿਹਾ ਰਸਤਾ ਚੇਂਜ ਕਰ ਲਿਆ ਸੋ ਦੈਟ ਵੇ ਮੈਂ ਇਸੇ ਤਰ੍ਹਾਂ ਹੀ ਬਸ ਆਪਣੇ ਜਿਹੜੇ ਵੀ ਆਮ ਜ਼ਿੰਦਗੀ ਐਵਰੀ ਡੇ ਆਈ ਜਸਟ ਲਿਵ ਐਵਰੀ ਡੇ ਐਂਡ ਐਵਰੀ ਮੂਮੈਂਟ ਹੁਣ ਇੱਥੇ ਆਈ ਹਾਂ ਮੈਨੂੰ ਜਦੋਂ ਮੈਂ ਇੰਡੀਆ ਆਈ ਸੀ ਕੋਈ ਇਹ ਪਲੈਨਡ ਨਹੀਂ ਸੀ ਆਮ ਗੋਇੰਗ ਟੂ ਕਮ ਹੀਅਰ ਅੱਜ ਆਈ ਹਾਂ ਆਮ ਇੰਜੋਇੰਗ ਅ ਲੋਟ ਐਂਡ ਇੱਕ ਇੱਕ ਜਿਹਦੇ ਨਾਲ ਵੀ ਗੱਲ ਕੀਤੀ ਬਹੁਤ ਅੱਛਾ ਲੱਗਿਆ ਐਂਡ ਜਿਹਨੂੰ ਵੀ ਮਿਲੇ ਬਹੁਤ ਅੱਛਾ ਲੱਗਿਆ ਸੋ ਦੈਟਸ ਜਸਟ ਹਾਓ ਆਈ ਐਮ ਐਂਡ ਇਸੇ ਤਰ੍ਹਾਂ ਹੀ ਉਹੀ ਹੈ ਕਿ ਜੇ ਜ਼ਿੰਦਗੀ ਕੁਝ ਕਹਿੰਦੀ ਹੈ ਤੇ ਮੈਂ ਵੀ ਉਸੇ ਤਰ੍ਹਾਂ ਹੀ ਜਵਾਬ ਦੇ ਦਿੰਦੀ ਹਾਂ ਸੋ ਇਟਸ ਆਲ ਗੁੱਡ ਮੈਂ ਲੁਧਿਆਣੇ ਦੇ ਵਿੱਚ ਆਇਆ ਤਾਂ ਲੁਧਿਆਣਵੀ ਨੂੰ ਕੀ ਸੁਣਾਉਣ ਜਾ ਰਹੇ ਹੋ ਤੁਸੀਂ ਲੁਧਿਆਣਾ ਨੂੰ ਮੈਸੇਜ ਕੀ ਦੇਣਾ ਚਾਹੁੰਦੀ ਹਾਂ ਕਿ ਗੀਤ ਤੁਸੀਂ ਦੱਸ ਦਿਓ ਤੁਹਾਡਾ ਕਿਹੜਾ ਫੇਵਰੇਟ ਹੈ ਉਹੀ ਗਾ ਦਿੰਦੇ ਅਸੀਂ ਤਾਂ ਗਾਉਂਦੇ ਹੀ ਰਹਿੰਦੇ ਹਾਂ ਇੱਕ ਮੈਂ ਆਪਣੀ ਐਲਬਮ ਦਾ ਮੇਰਾ ਬਹੁਤ ਕਲੋਜ਼ ਟੂ ਮਾਈ ਹਾਰਟ ਹੈ ਉਹ ਸੌਂਗ ਥੋੜ੍ਹਾ ਸੋਫਟ ਜਿਹਾ ਮਿਊਜ਼ਿਕ ਹੈ ਉਹਦਾ ਸੋ ਆਈ ਵਿਲ ਸਿੰਗ 2-3 ਲਾਈਨਸ ਫਰੋਮ ਦੈਟ ਫਰੋਮ ਮਾਈ ਐਲਬਮ ਸ਼ੇਡਸ ਆਫ ਲਵ ਐਸੇ ਨਾ ਦੇਖੋ ਹਮਕੋ ਬੇਚੈਨ ਹੋਏ ਜਾਤੇ ਹੈ ਐਸੇ ਨਾ ਦੇਖੋ ਹਮਕੋ ਬੇਚੈਨ ਹੋਏ ਜਾਤੇ ਹੈ ਮੇਰੇ ਨੈਣਾ ਤੇਰੇ ਨੈਣੋ ਸੇ ਕਿਉਂ ਸ਼ਰਮਾਤੇ ਹੈ ਮੇਰੇ ਨੈਣਾ ਤੇਰੇ ਨੈਣੋ ਸੇ ਕਿਉਂ ਸ਼ਰਮਾਤੇ ਹੈ ਐਸੇ ਨਾ ਦੇਖੋ ਹਮਕੋ ਬੇਚੈਨ ਬਹੁਤ ਹੀ ਖੂਬਸੂਰਤ ਅਗਰ ਗੱਲ ਕੀਤੀ ਜਾਵੇ ਮੈਮ ਜਦੋਂ ਤੁਹਾਨੂੰ ਫੁਰਸਤ ਦੇ ਲੰਮੇ ਮਿਲਦੇ ਨੇ ਉਸ ਸਮੇਂ ਕੀ ਕਰਦੇ ਹੋ ਉਸ ਸਮੇਂ ਵੀ ਮੈਂ ਸ਼ਾਇਦ ਹੋਰ ਚੀਜ਼ਾਂ ਲੱਭਦੀ ਹਾਂ ਜਿਹਦੇ ਨਾਲ ਮੈਂ ਆਪਣੀ ਗਾਇਕੀ ਨੂੰ ਇੰਪਰੂਵ ਕਰ ਪਾਵਾਂ ਔਰ ਕੁਛ ਥੋੜ੍ਹਾ ਜਿਹਾ ਮੇਰਾ ਰੁਝਾਵ ਉਸ ਪਾਸੇ ਵੀ ਹੈ ਜਿੱਥੇ ਕਿ ਮੈਂ ਆਪਣੇ ਨਾਲ ਦੀਆਂ ਜਾਂ ਹੋਰ ਜਿਹੜੀਆਂ ਸਪੈਸ਼ਲੀ ਫੋਰ ਵੁਮੈਨ ਐਮਪਾਵਰਮੈਂਟ ਆਈ ਐਮ ਪ੍ਰੋ ਫੋਰ ਦੈਟ ਸੋ ਮੈਂ ਉਹ ਵੀ ਕੋਸ਼ਿਸ਼ ਕਰਦੀ ਹਾਂ ਕਮਿਊਨਿਟੀ ਨਾਲ ਜੁੜਨ ਦੀ ਔਰ ਜਿੱਥੇ ਵੀ ਆਪਣੀ ਸਪੋਰਟ ਦੇ ਸਕੀਏ ਐਜ਼ ਅ ਵੋਲੰਟੀਅਰ ਮੈਂ ਕਰਦੀ ਹਾਂ ਕੰਮ ਜਾਂ ਫਿਰ ਕਿਸੇ ਵੀ ਲੈਵਲ 'ਤੇ ਇਨਵੋਲਵ ਹੋਣਾ ਉਹ ਮੈਨੂੰ ਬਹੁਤ ਅੱਛਾ ਲੱਗਦਾ ਹੈ ਸੋ ਆਈ ਕੀਪ ਮਾਈ ਸੈਲਫ ਓਕਿਊਪਾਈਡ ਐਂਡ ਬਿਜ਼ੀ ਕੁਛ ਨਾ ਕੁਛ ਇਸੀ ਤਰ੍ਹਾਂ ਹੀ ਕੜੀਆਂ ਵੀ ਜੁੜ ਜਾਂਦੀਆਂ ਐਂਡ ਫਿਰ ਉਹ ਕਹਿੰਦੇ ਨਾ ਛੋਟੇ ਛੋਟੇ ਫੁੱਲ ਕਰਕੇ ਅਸੀਂ ਗੁਲਦਸਤਾ ਬਣਾ ਹੀ ਲਈਦਾ ਸੋ ਆਈ ਟਰਾਈ ਟੂ ਡੂ ਦੈਟ ਅਗਰ ਗੱਲ ਕੀਤੀ ਜਾਵੇ ਤੁਹਾਡੇ ਆਉਣ ਵਾਲੇ ਪ੍ਰੋਜੈਕਟਾਂ ਦੀ ਤਾਂ ਕਿਹੜੇ ਕਿਹੜੇ ਆਉਣ ਵਾਲੇ ਪ੍ਰੋਜੈਕਟ ਜਿਹੜੇ ਪਾਈਪਲਾਈਨ ਦੇ ਵਿੱਚ ਕੋਈ ਬਹੁਤ ਵੱਡਾ ਪ੍ਰੋਜੈਕਟ ਤਾਂ ਨਹੀਂ ਹੈ ਕੁਛ ਮੈਨੂੰ ਕੰਟੈਕਟ ਕੀਤਾ ਗਿਆ ਇੱਥੇ ਵੀ ਲੋਕਲ ਕਲੱਬਸ ਦੇ ਇਵੈਂਟਸ ਔਰ ਜਿਸ ਤਰ੍ਹਾਂ ਪ੍ਰਾਈਵੇਟ ਇਵੈਂਟਸ ਵਾਸਤੇ ਵੀ ਲੋਕਾਂ ਨੇ ਕੰਟੈਕਟ ਕੀਤਾ ਐਕਚੁਲੀ ਮੇਰੀ ਵਿਜ਼ਿਟ ਪਿਓਰਲੀ ਫੈਮਿਲੀ ਵਿਜ਼ਿਟ ਹੁੰਦੀ ਹੈ ਇੱਥੇ ਸੋ ਆਈ ਟਰਾਈ ਟੂ ਸਪੈਂਡ ਮੋਸਟ ਆਫ ਮਾਈ ਟਾਈਮ ਵਿਦ ਦ ਫੈਮਿਲੀ ਬਾਕੀ ਜਿਸ ਤਰ੍ਹਾਂ ਵੀ ਹੋਏਗਾ ਉਹ ਦੇਖਾਂਗੇ ਕੁਛ ਨਾ ਕੁਛ ਚੱਲ ਰਹੀ ਹੈ ਹਾਲੇ ਜਿਵੇਂ ਅੱਜ ਦਾ ਵੀ ਮੈਂ ਤੁਹਾਨੂੰ ਕਿਹਾ ਇੱਥੇ ਆਉਣਾ ਮੈਨੂੰ ਪਤਾ ਨਹੀਂ ਸੀ ਬਟ ਆਈ ਐਮ ਹੀਅਰ ਸੋ ਆਈ ਐਮ ਜਸਟ ਗੋਇੰਗ ਵਿਦ ਦ ਫਲੋ ਫੋਰ ਦ ਡੇਜ਼ ਦੈਟ ਆਈ ਐਮ ਹੀਅਰ ਅਗਰ ਇੰਟਰਨੈਸ਼ਨਲ ਲੈਵਲ 'ਤੇ ਅਗਰ ਤੁਸੀਂ ਕੋਈ ਮੈਸੇਜ ਦੇਣਾ ਹੋਵੇ ਤਾਂ ਕੀ ਦਿਓਗੇ ਅਗੇਨ ਸੇਮ ਮੈਸੇਜ ਐਵਰੀਬਡੀ ਸਪੈਸ਼ਲੀ ਵੁਮੈਨ ਵਾਸਤੇ ਤਾਂ ਮੈਂ ਕਹਿੰਦੀ ਹਾਂ ਹਮੇਸ਼ਾ ਬਟ ਐਵਰੀਬਡੀ ਬਿਕੋਜ਼ ਔਰਤਾਂ ਵਾਸਤੇ ਖਾਸ ਕਰ ਮੇਰਾ ਇੱਕ ਮੈਸੇਜ ਜ਼ਰੂਰ ਹੈ ਐਵਰੀਬਡੀ ਸ਼ੁੱਡ ਇੰਪਾਵਰ ਦੈਮਸੈਲਵਸ ਐਂਡ ਉਸ ਤੋਂ ਪਹਿਲੇ ਆਪਣੇ ਬੱਚਿਆਂ ਨੂੰ ਇੰਪਾਵਰ ਕਰੋ ਆਪਣਾ ਜਿਹੜਾ ਤੁਹਾਡਾ ਆਪਣਾ ਬੇਟਾ ਹੈ ਇੱਕ ਮਾਂ ਜਿਹੜੀ ਕਰ ਸਕਦੀ ਹੈ ਨਾ ਟ੍ਰੇਨਿੰਗ ਉਹ ਹੋਰ ਕੋਈ ਨਹੀਂ ਕਰ ਸਕਦਾ ਸੋ ਸਭ ਤੋਂ ਪਹਿਲੇ ਤੁਸੀਂ ਆਪਣੇ ਘਰੋਂ ਸ਼ੁਰੂਆਤ ਕਰੋ ਇਫ ਯੂ ਐਕਸਪੈਕਟ ਕਿ ਦੁਨੀਆ 'ਚ ਜਿਹੜੇ ਆਦਮੀ ਹੈ ਜਾਂ ਪੀਪਲ ਅਰਾਊਂਡ ਯੂ ਸ਼ੁੱਡ ਰਿਸਪੈਕਟ ਯੂ ਸੋ ਇਹ ਇੱਕ ਮਾਂ ਦੀ ਡਿਊਟੀ ਹੈ ਕਿ ਆਪਣੇ ਬੱਚੇ ਨੂੰ ਸਭ ਤੋਂ ਪਹਿਲੇ ਉਹ ਸਿਖਾਏ ਕੁੜੀ ਹੈ ਮੁੰਡਾ ਹੈ ਕੋਈ ਡਿਫਰੈਂਸ ਨਾ ਰੱਖੋ ਐਂਡ ਦੋਨਾਂ ਨੂੰ ਉਹੀ ਚੀਜ਼ਾਂ ਸਿਖਾਓ ਕਿ ਹਾਊ ਟੂ ਰਿਸਪੈਕਟ ਵਨ ਅਨਦਰ ਸੋ ਰਿਸਪੈਕਟ ਮਿਊਚੁਅਲ ਰਿਸਪੈਕਟ ਇਜ਼ ਵੈਰੀ ਇੰਪੋਰਟੈਂਟ ਇਨ ਲਾਈਫ ਐਂਡ ਆਈ ਥਿੰਕ ਜੇ ਤੁਸੀਂ ਮੈਨੂੰ ਵੀ ਪੁੱਛੋ ਆਈ ਥਿੰਕ ਮੈਂ ਇੰਨਾ ਜ਼ਿਆਦਾ ਹੋਰ ਕੁਛ ਨਹੀਂ ਕਮਾਇਆ ਰਿਸ਼ਤੇ ਕਮਾਉਣ 'ਚ ਮੈਂ ਬਿਲੀਵ ਕਰਦੀ ਹਾਂ ਐਂਡ ਆਈ ਹੈਵ ਅ ਵੈਰੀ ਗੁੱਡ ਸਰਕਲ ਇਨ ਕੈਨੇਡਾ ਆਲਸੋ ਇਹੀ ਹੈ ਕਿ ਕੋਈ ਜਦੋਂ ਮੈਂ ਗਈ ਸੀ ਮੈਨੂੰ ਕੋਈ ਨਹੀਂ ਜਾਣਦਾ ਸੀਗਾ ਬਟ ਅੱਜ ਲੋਕ ਅਗਰ ਜਾਣਦੇ ਹੈ ਤਾਂ ਉਹੀ ਇੱਕ ਸ਼ਾਇਦ ਇੰਪੋਰਟੈਂਟ ਗੱਲ ਹੈ ਵੀ ਪਿਆਰ ਨਾਲ ਤੁਸੀਂ ਮਿਲੋ ਸਾਰਿਆਂ ਨੂੰ ਪਿਆਰ ਨਾਲ ਗੱਲ ਕਰੋ ਕੀਪ ਸਮਾਈਲਿੰਗ ਐਂਡ ਸਪਰੈਡ ਦ ਸਮਾਈਲ ਜਾਂਦੇ ਜਾਂਦੇ ਇੱਕ ਪੰਜਾਬੀ ਗੀਤ ਹੋ ਜਾਏ ਫਿਰ ਪੰਜਾਬੀ
फिर मेरी एल्बम च एक्चुअली ये भी एक मैं तुहानू दसदा सीगा कि हिंदी और पंजाबी दोनों ही गीत है। सो एक सी खास गल मैं कह सकती हाँ शेड्स ऑफ लव दी कि क्योंकि एक शेड्स ऑफ लव का भी एक अपना ही मैसेज सीगा। ये भी मेरा एक दुनिया वास्ते एक मैसेज मैं देना चाहती सी कि प्यार असी कई बार ना एक दायरे च रखते हाँ, कोई ये नहीं होंदा भी कोई एक ही रिश्ता होंदा प्यार दा, बहुत सारे एंगल्स होंदे है। एक माँ नाल भी प्यार हैगा है ते एक अपने बच्चियां नाल भी है, रब नाल भी प्यार है, तो दो तुहाडी लाइफ च कोई स्पेशल आंदा है ओहदे नाल भी तुहाडा प्यार है। सो ये सारे एस्पेक्ट्स नूं देखदे हुए जिहड़े भी तुसीं गाने उस च देखोगे, छे गाने हैगे है, सिक्स सोंग्स आर बेस्ड ऑन लव, द थीम इज़ लव, ते हर एक दा एक अपना मैसेज है। सो पंजाबी तुसी मैनू कहा उहदे च पंजाबी गीत भी हैगे आ, मैं तुहानू सुनांदी हाँ। ऐवें तकिया ना कर सोणिया साडी जान निकल जांदी है, ओ ऐवें तकिया ना कर सोणिया साडी जान निकल जांदी है, ओ ऐवें तकिया ना कर सोणिया साडी जान निकल जांदी है, ओ लारा लप्पा लाई रखदा अड्डी टप्पा लाई रखदा, लारा लप्पा लाई रखदा अड्डी टप्पा लाई रखदा, ऐवें तकिया ना कर सोणिया साडी जान निकल जांदी है, ओ ऐवें तकिया ना कर सोणिया साडी जान निकल जांदी है। थैंक यू वेरी मच मैम। थैंक यू सो मच।